अस्सलाम वालेकुम नाजरीन, मैं तो होस्ट काशिफ गिल खानेवाल तो। नाजरीन आज जरा ना असं रामिश भाई की दुकान पर आए हैं, तो ये दुकान बहुत अच्छी चला रही है करियाने की। तो जिस तरह तुम देख सकते हो कि करियाने के कारीगर ने, तो अज मैं इन्होंने को थोड़ा जहा टाइम लिया। मैं क्या सानू थोड़ा जहा टाइम दो, उन्होंने दुकान बंद नहीं की, तो दुकान जरा ना ओपन ही हैगी है जी। तो मैं कोई थोड़ी जी जुगत खोलीए। तो रामिश भाई की सुनाओगे अच्छी कोई ਬਾਟਲੇ ਦੀ ਦੁਕਾਨ ਤੇ ਗਿਆ। ਅੱਛਾ, ਤੇ ਉਹਨਾਂ ਨੂੰ ਕਹਿੰਦਾ ਜੁੱਤੀਆਂ ਹੈ, ਕਹਿੰਦਾ ਹੈ ਵਾ, ਕਹਿੰਦਾ ਬਾਹਰ ਕੱਢੋ ਬਾਟਲ ਕਿਲਾ ਖੇਲੀਏ। ਬਹੁਤ ਜ਼ਬਰਦਸਤ ਸੀ ਯਾਰ। ਅੱਛਾ, ਇਹਨੂੰ ਤਾਂ ਕੁੜੀਆਂ ਬੜੇ ਸ਼ੌਂਕ ਨਾਲ ਆਪਣੇ ਨਾਂ ਰੱਖਦੀਆਂ ਨੇ। ਕਿਉਂ? ਇਹਦੀ ਫੋਟੋ ਵਿਖਾ ਕੇ ਕਹਿੰਦੀਆਂ ਨੇ ਇਹਦੇ ਨਾਲ ਤਾਂ ਕੁੱਤਾ ਦੋ ਯਾਰ। ਕੁੱਤੇ ਵਾਲੀ ਦੁਕਾਨ ਤੋਂ ਬਾਹਰ ਵੀ ਆ ਜਾ। ਫਰਿੱਜ ਵਾਲੀ ਦੁਕਾਨ ਤੇ ਗਿਆ। ਅੱਛਾ, ਉਹਨਾਂ ਨੂੰ ਕਹਿੰਦਾ ਫਰਿੱਜ ਹੈ, ਕਹਿੰਦਾ ਹੈ ਕਿਹੜੀ ਲੈਣੀ, ਪਹਿਲ ਦੀ ਕਢਾਉਣ ਦੀ, ਕਹਿੰਦਾ ਨਹੀਂ ਬਰਫ਼ ਦਾ ਕੋਲਾ ਚਾਹੀਦਾ। ਦੁਕਾਨ ਤੇ ਜਾ ਕੇ? ਅੱਛਾ ਅੱਛਾ, ਹੋਰ ਕੋਈ? ਕਿਸ਼ਤਾਂ ਵਾਲੀ ਦੁਕਾਨ ਤੇ ਗਿਆ। ਅੱਛਾ, ਕਹਿੰਦਾ 100 ਰੁਪਿਆ ਕਿਸ਼ਤਾਂ ਦੇ ਦੋ। 100 ਰੁਪਿਆ ਕਿਸ਼ਤਾਂ ਦੇ, ਯਾਰ ਕੀ ਬਾਤ ਹੈ। ਮੂੰਹ ਤੇ ਵੇਖੋ ਨੀ ਫਿੱਟੇ ਮੂੰਹ ਹੁੰਦਾ, ਤੈਨੂੰ ਗਰੀਬ ਨੇ ਹੱਥ ਜੋੜੇ। ਓਏ ਹੋ ਹੋ, ਗਰੀਬ ਬੰਦੇ ਨੇ ਹੱਥ ਜੋੜ ਕੇ ਮਾਫ਼ੀ ਮੰਗੀ ਆ ਨਾ। ਸਹੀ ਗੱਲ, ਤੁਹਾਡਾ ਮੂੰਹ ਪਾਇਆ ਨਾ ਐਵੇਂ ਜਿਵੇਂ ਨੱਕ ਲਾ ਕੇ ਤੇ ਜਿੰਨ ਫੜਿਆ ਹੋਵੇ। ਕੁੱਤੇ ਜਿੰਨ ਕਰ ਗਈ ਬਾਥਰੂਮ ਦੀ ਰਜਾਈ ਹੁੰਦੀ ਹੈ, ਬਾਥਰੂਮ ਤੋਂ ਲੰਘ ਬੰਨੇ। ਹੋਰ ਸੁਣਾਓ ਭਾਈ, ਬਿੱਲੀਆਂ ਵਾਲੇ ਹੈਲਮਟ? ਹੋਰ ਠੀਕ ਭਾਈ, ਤੁਸੀਂ ਸੁਣਾਓ? ਤੁਸੀਂ ਸੁਣਾਓ ਸਾਗ ਵਾਲੀ ਕੌਣ? ਨਹੀਂ ਭਾਈ ਠੀਕ ਹੈ, ਇੰਨਾ ਕੀ ਬਹੁਤ। ਹੋਰ ਕੋਈ? ਅੱਛਾ ਹਾਂ ਸੁਣਾ। ਨਵਾਂ ਕਾਟ ਦਾ ਸੂਟ ਲੈ ਕੇ ਤੇ ਪਾੜਤਾ। ਕਿਉਂ? ਕਹਿੰਦਾ ਮੈਂ ਇੰਨਾ ਹੀ ਆਕੜ ਗਿਆ ਸੀ। ਹਾਂ ਇਹ ਵੀ ਗੱਲ ਹੈ ਯਾਰ, ਤੂੰ ਤੇ ਆਪ ਵੀ ਉਹੀ ਜਿਹਾ ਨੀਲ ਕਾਟ। ਮੈਂ ਲੁੱਡੋ ਸਵਾਈ। ਹਾਂ ਲੁੱਡੋ ਵਾਲਾ ਨੀਲ ਕਾਟ ਨਾ, ਕਾਲੀ ਲੁੱਡੋ। ਹੋਰ ਸੁਣਾ, ਕਾਰੋਬਾਰ ਕੈਸਾ ਚੱਲ ਰਿਹਾ ਯਾਰ? ਕਾਰੋਬਾਰ ਇੱਥੇ ਹੀ ਖੜਾ, ਜਾਂਦਾ ਹੀ ਨਹੀਂ ਕਿਤੇ। ਅੱਛਾ, ਤੂੰ ਯਾਨੀ ਕਿ ਅੱਗੇ ਪਿੱਛੇ ਚੱਲ ਜਾਣਾ, ਠੀਕ ਹੋ ਗਿਆ। ਦੁਕਾਨ ਬੰਦ ਕਰਕੇ। ਹਾਂ ਤੇ ਤੇਰੇ ਕੋਲ ਯਾਰ ਆਪਣਾ ਲੈਕਸ ਦਾ ਸਾਬਣ ਹੈ? ਨਹੀਂ ਭਾਈ ਉਹ ਨਹੀਂ ਹੈ। ਮੈਂ ਕਿਹਾ ਜੇਕਰ ਹੈ ਵਾ ਤੇ ਨਹੀਂ ਧੋਗੇ, ਤੇ ਅੱਧਾ ਹੱਥ ਧੋਗੇ, ਤੇ ਅੱਧਾ ਗਲੋਚੀ ਨਹੀਂ ਧੋਲਦੇ ਯਾਰ। ਤੈਨੂੰ ਪਤਾ ਆਲੀਆ ਫੜਦੇ ਫੋਨ ਆਉਂਦੇ ਮੈਨੂੰ। ਕਿਉਂ? ਆਲੀਆ ਫੜਦੇ। ਕਿਉਂ? ਇੱਥੇ ਲੱਤਾਂ ਤੋੜਦਾ। ਹੋਰ ਸੁਣਾ ਯਾਰ, ਕੀ ਰੱਖਿਆ ਤੂੰ ਇੱਥੇ? ਹੋਰ ਮੈਂ ਭਾਈ ਦਵਾਵਾਂ ਢਾਡੀਆਂ, ਕੀ ਲੈਣਾ ਤੁਸੀਂ? ਮੈਂ ਤੇ ਯਾਰ ਤੈਨੂੰ ਦੱਸਿਆ ਤੇ ਹੈ ਸੀ ਵੀ ਚੀਨੀ ਲੈਣੀ 1/2 ਕਿਲੋ, ਜੇ ਅਗਰ ਸਾਬਣ ਹੈ ਤੇ ਹੱਥ ਧੋ ਕੇ ਦੇ ਦੇ ਯਾਰ। ਨਹੀਂ ਭਾਈ ਫਿਰ ਤੁਸੀਂ ਆਪਣੇ ਹੱਥਾਂ ਨਾਲ ਧੋ ਲਓ। ਮੈਨੂੰ ਵੀ ਯਾਰ ਧੋ ਕੇ ਆਉਣੇ ਪੈਣੇ ਆ। ਗੰਦੇ ਹੱਥਾਂ ਦੇ, ਤੇਰਾ ਮੂੰਹ ਵੀ ਗੰਦਾ ਹੀ ਆ। ਓ ਯਾਰ ਬੇਇੱਜ਼ਤ ਕਰ, ਪਰ ਇੰਨਾ ਵੀ ਨਾ ਕਰ ਯਾਰ, ਮੈਂ ਇਸ ਸ਼ੋਅ ਦਾ ਐਂਕਰ ਆ। ਨਹੀਂ ਭਾਈ ਅਸੀਂ ਤੁਹਾਡੇ ਪੈਰ ਨੂੰ ਹੱਥ ਲਾ ਦਿੰਦੇ ਹਾਂ, ਜੁੱਤੀ ਕਿਹੜੀ ਬੋਰਡ ਜਾਣੀ ਤਾਂ ਨਹੀਂ। ਤੁਸੀਂ ਆਪਣਾ ਜੁੱਤੀ ਚੋਰੀ ਕਰਨੀ ਸੀ? ਨਹੀਂ ਭਾਈ ਵੈਸੇ ਸ਼ੋਅ ਤੇ ਪਾ ਕੇ ਜਾਣੀ। ਅੱਛਾ ਸ਼ੋਅ ਤੇ ਯਾਰ ਲੈ ਜਾਓ ਯਾਰ, ਮੈਂ ਹਵਾਈ ਚੱਪਲ ਪਾਈ ਹੋਈ ਵੇ ਦਾ। ਨਹੀਂ ਭਾਈ ਆ ਮੇਰੀ ਬਾਨ ਚੱਪਲ ਹੀ ਸਹੀ ਹੈ, ਤੇ ਨਾਲ ਹਵਾਈ ਚੱਪਲ ਨਾਲ ਉੱਥੇ ਹਵਾ ਲੱਗੇ ਕਿ ਨਾ ਥਾਣੀ। ਸਹੀ, ਤੇ ਹੋਰ ਸੁਣਾਓ ਫਿਰ, ਕਿੱਥੇ ਫੈਸਲਾਬਾਦ ਕਹਿੰਦੇ ਚੱਲੇ ਤੁਸੀਂ? ਹਾਂਜੀ ਭਾਈ। ਤੇ ਫੈਸਲਾਬਾਦ ਕੀ ਕਰਨ ਜਾਣਾ? ਸ਼ੁਗਲ ਕਰਨ ਜਾਣਾ। ਕਿੱਥੇ? ਮਸਲਨ ਸ਼ਾਤਾਬਾਦ। ਮੁਸ਼ਾਤਾਬਾਦ ਚੱਲੇ? ਅੱਛਾ, ਕੱਲ ਜਾਣਾ? ਹਾਂਜੀ ਭਾਈ। ਤੇ ਉਹ ਕਾਹਦੇ ਲਈ ਯਾਰ ਚੱਲਾਂ, ਕਾਹਦੇ ਲਈ? ਮਸਲਨ ਕੋਈ ਸ਼ਾਦੀ ਸ਼ੁਦੀ ਉੱਥੇ? ਨਹੀਂ ਭਾਈ ਘਰ ਵਾਲੇ ਛੱਡਣ ਜਾਣਾ। ਉਹ ਰਸਤੇ ਚ ਮਿੱਟੀ ਖਾਣ ਲੱਗ ਜਾਂਦੇ ਆ, ਤੁਸੀਂ ਨਾਲ ਜਾਣਾ? ਮੈਂ ਢਾਣਾ ਕਿਤੇ, ਮੈਂ ਹੈ ਬਹੁਤ ਨਾ ਖਾ। ਅੱਛਾ, ਕਾਡਲੇ ਪੈਕ ਕਰਾ ਲਿਆ ਮਿੱਟੀ ਕਹਿੰਦੇ। ਤੁਸੀਂ ਦੇ ਇੰਨੇ ਪੁਰਾਣੇ ਨਾ, ਇੰਨੇ ਪੁਰਾਣੇ, ਜਦੋਂ ਫਰਿਸ਼ਤਾ ਜ਼ਮੀਨ ਤੋਂ ਮਿੱਟੀ ਚੁੱਕਣਾ ਹੈ, ਤੁਸੀਂ ਛਾਪਰ ਦਿੱਤਾ ਸੀ, ਲਾ ਲਾ ਲਾ, ਕਿੱਥੇ ਡੋਲਦਾ ਫਿਰੇਗਾ ਜੀ? ਸਹੀ ਗੱਲ ਇਦਾਂ। ਹੋਰ ਭਾਈ ਤੁਸੀਂ? ਬਸ ਠੀਕ ਯਾਰ, ਤੇਰੇ ਨਾਲ ਦੇ ਤੇ ਨੋਟ ਬੰਦ ਹੋ ਗਏ, ਤੂੰ ਹਜੇ ਵੀ ਚੱਲਣ ਡਿਆ ਤੇਰੇ ਨਾਲ ਜਿੰਨ ਮਾਰ ਗਏ। ਕਿਹੜੀ ਸਦੀ ਦਾ ਨੂੰ ਸਹੀ ਮਾਰਨਾ ਯਾਰ, ਕੋਈ ਸੁਣਾ ਮੈਨੂੰ ਕੋਈ ਜੁਗਤ, ਕੋਈ ਹੋਰ ਕੋਈ। ਅੱਛਾ ਅੱਛਾ, ਮੇਰੇ ਕੋਈ ਮੂੰਹ ਦੇ ਜੁਗਤ ਮਾਰ, ਕੋਈ ਕੋਈ 4-5 ਜੁਗਤਾਂ ਮੇਰੇ ਮੂੰਹ ਦੇ, ਮੂੰਹ ਤੇ ਜੁਗਤਾਂ ਮਾਰਨੇ। ਮੂੰਹ ਤੇ ਗੁੰਗੇ ਚਾਰ ਉੜੀ, ਗੁੰਗੇ ਦੇ ਚਾਰ ਉੜੀ, ਖੁਸਰਾ ਸਟੈਂਡ ਤੇ ਲਾਇਆ, ਖੁਸਰਾ ਸਟੈਂਡ ਤੇ ਲਾਇਆ, ਐਨਾ ਗਾਲਾ ਜੈ, ਐਨਾ ਗਾਲਾ ਜੈ, ਬਾਂਦਰ ਨੂੰ ਹੈਂਡ ਲਾਗ ਲਾਇਆ ਜੀ। ਹੋਰ ਬਾਂਦਰ ਨੂੰ ਪੁੱਛਣੇ ਆ ਯਾਰ, ਮੇਰੇ ਕੋਲ ਰਹਿਣ ਤੇ ਮੇਰੇ ਭਰਾ ਕੋ ਪੁੱਛ ਲੋ। ਨਹੀਂ ਮੇਰੇ ਵੱਡੇ ਭਾਈ ਪੁੱਛ ਮੇਰੇ। ਅੱਛਾ ਤੇ ਯਾਰ ਤੂੰ ਸ਼ੋਅ ਚ ਕਿਉਂ ਨਹੀਂ ਆਣਾ ਸਾਡੇ ਚ, ਕੀ ਵਜ੍ਹਾ ਤੇਰੀ ਭਾਈ? ਦਰਅਸਲ ਟਾਈਮ ਨਹੀਂ ਹੁੰਦਾ ਮੇਰੇ ਪਾਸ। ਕਿਉਂ? ਕੀ ਤੂੰ ਉੱਥੇ ਆਪਣਾ ਮੇਰਾ ਵੱਡਾ ਪ੍ਰੈਸ਼ਰ, ਖੋਤੀਆਂ ਰੈੱਡ ਦੇ ਦਿੰਦਾ? ਨਹੀਂ ਭਾਈ ਖੋਤੇ ਰੈੱਡ ਤੇ ਦਿੰਦਾ, ਮੈਂ ਖੋਤੇ ਰੈੱਡ ਤੇ ਦਿੰਦਾ। ਅੱਜ ਕੱਲ੍ਹ ਤੁਹਾਨੂੰ ਪਤਾ ਕਿ ਡਿਮਾਂਡ ਬੜੀ ਉਹਦੀ, ਪਿੱਲੇ ਚ ਬਹੁਤ ਚੱਲ ਰਿਹਾ ਨਾ। ਸਵਾਰ ਮੇ ਚੱਲ ਹੋਰ ਸੁਣਾਓ ਯਾਰ, ਬੜੇ ਤੁਸੀਂ ਸਟਾਈਲਿਸ਼ ਯਾਰ, ਤੁਸੀਂ
ਮਸਲਾ ਇਹਨਾਂ ਫੈਸ਼ਨ ਦੇ ਵਿੱਚ ਕਿਵੇਂ ਪੈ ਗਏ ਚੇਂਜ ਭਾਈ ਮੈਂ ਸਾਦਾ ਮੈਂ ਕਿਤੋਂ ਫੈਸ਼ਨ ਆ ਕੀ ਅੱਖਾਂ ਦੇ ਉੱਤੇ ਕੀ ਬਟੇਰਾ ਬਿਠਾਇਆ ਈ ਕਿ ਬਿੱਲੀ ਨੂੰ ਅੰਦਰਾਂ ਮਾਰ ਗਈ ਇਹ ਲਖੰਬੇ ਚ ਮਾਰੀ ਅੱਛਾ ਬੜੀ ਮੈਂ ਤਾਂ ਮੈਚਿੰਗ ਕਰ ਗਿਆ ਅੱਜ ਸ਼ੋਅ ਚ ਆਇਆ ਮੇਰੇ ਚ ਕੀ ਮਸਲਾ ਕੋਈ ਖਾਸ ਵਜ੍ਹਾ ਦੀ ਥੋੜਾ ਜਿਹਾ ਸਾਈਡ ਤੇ ਹੋ ਜਾ ਚੰਗਿਆੜੇ ਦਾ ਨਿਕਲ ਆਣਾ ਆਪਣੇ ਦੋਵਾਂ ਚੋਂ ਖੈਰ ਜੱਫੀ ਕੁੱਟ ਕੇ ਜੇ ਪਾਵੇ ਇੱਕ ਵਾਰ ਗੁਜਰਾ ਤੇਰਾ ਕਰਜ਼ਾ ਨਹੀਂ ਲੈਣਾ ਪੂਰੇ ਸਾਲ ਗੁਜਰਾ ਸਾਰੀ ਜ਼ਿੰਦਗੀ ਪੂਰੇ ਕਿਤੇ ਸਾੜ ਗੁਜਰਾ ਤੇ ਹੋਰ ਸੁਣਾ ਕੰਮ ਸ਼ੰਮ ਕਿੱਦਾਂ ਚੱਲ ਰਿਹਾ ਮਸਲਾ ਮੰਦੇ ਕਿ ਠੰਡੇ ਜਾਂ ਬਾਈ ਮਾਹੌਲ ਠੰਡਾ ਕੰਮ ਕਰਾਂ ਮਾਹੌਲ ਠੰਡਾ ਅੱਛਾ ਬਾਹਰ ਸਰਦੀ ਆ ਨਾ ਅੱਜ ਤੇ ਅੰਦਰ ਗਰਮੀ ਅੰਦਰ ਗਰਮੀ ਅੰਦਰ ਭਾਈ ਤੇ ਕਾਂਚ ਅੱਗ ਲੱਗ ਕਾਂਚ ਅੱਛਾ ਅੱਗ ਬਾਲਦੇ ਸਹੀ ਬਾਈ ਤੁਸੀਂ ਬਹੁਤ ਦੇਰ ਬਾਅਦ ਸਮਝ ਗਏ ਕੀ ਗੱਲ ਤੁਹਾਨੂੰ ਮੈਂ ਗੱਲ ਨੂੰ ਪੂਰੇ ਨਾ ਨੋਟਿਸ ਕਰਨਾ ਅੱਛਾ ਤੂੰ ਮੈਨੂੰ ਇੱਕ ਜਵਾਨ ਖਾਨ ਬਣ ਜਾ ਅੱਛਾ ਨਹੀਂ ਮੇਰੇ ਤੂੰ ਇੱਕ ਸਵਾਲ ਦਾ ਜਵਾਬ ਦੇ ਦੇ ਤੈਨੂੰ ਮੈਂ ਮੰਨ ਜਾਗਾ ਕੀ ਮੰਨੇਗਾ ਤੈਨੂੰ ਮੈਂ ਮੰਨ ਜਾਗਾ ਜੇ ਤੂੰ ਅਗਰ ਮੇਰੇ ਸਵਾਲ ਦਾ ਜਵਾਬ ਦੇ ਦੇ ਮੇਰੇ ਕਿਹੜੇ ਸਵਾਲ ਦਾ ਤੂੰ ਇਹ ਦੱਸ ਦੇ ਉਹ ਕਿਹੜੀ ਸ਼ੈ ਵਾ ਜਿਹੜੀ ਆਪਾਂ ਦੋਵੇਂ ਲੱਤਾਂ ਖੋਲ ਕੇ ਤੇ ਪਾਈਦਾ ਦੋਵੇਂ ਲੱਤਾਂ ਖੋਲ ਸਲਵਾਰ ਨਹੀਂ ਦੋਵੇਂ ਲੱਤਾਂ ਖੋਲ ਕੇ ਪਾਈ ਦੀਆਂ ਜਿਹਦੀਆਂ ਅੰਡਰਵੇਅਰ ਨਹੀਂ ਇਹ ਵੀ ਗਲਤ ਹੈ ਦੋਵੇਂ ਲੱਤਾਂ ਖੋਲ ਕੇ ਹਾਂ 20 ਰੁਪਏ ਨਾਮ ਦਊਂਗਾ ਤੈਨੂੰ ਮੈਂ ਨਹੀਂ ਇਹ ਥੋੜੇ ਆ ਲੱਖ ਦੋ ਉੱਤੇ ਲੱਖ ਲਾਣਾ ਤੀ ਚੱਲ ਸੇਮ ਟੂ ਯੂ ਅੱਛਾ ਚੱਲ ਦੱਸ ਮੈਨੂੰ ਭਾਈ ਦੱਸ ਉਹ ਸਵਾਲ ਦਾ ਜਵਾਬ ਦੋ ਮਿੰਟ ਸੋਚਣ ਦਾ ਭਾਈ ਮੈਂ ਸੋਚ ਲਾ ਸਲਵਾਰ ਹੀ ਨਹੀਂ ਆ ਸਲਵਾਰ ਨਹੀਂ ਲੱਖ ਚੱਕ ਭਾਈ ਦੇ ਹਾਂ ਪੈਂਟ ਵੀ ਨਹੀਂ ਹੈ ਭਾਈ ਸਲਵਾਰ ਤੇ ਪੈਂਟ ਧਮਾਲ ਤੇ ਨਹੀਂ ਭਾਈ ਨਹੀਂ ਹਾਂ ਤੂੰ ਦੋ ਮਿੰਟ ਲੱਤਾਂ ਚੁੱਕ ਕੇ ਧਮਾਲ ਪਾ ਕੇ ਵਾਹ ਮੈਨੂੰ ਇੰਜ ਕਰਕੇ ਪਾ ਲਾਗਾ ਓ ਬਈਆ ਯਾਰ ਤੇਰੀ ਚਾਰਜਿੰਗ ਲੋ ਹੋ ਜਾਣੀ ਇੰਨੀ ਮੁਸ਼ਕਲ ਮੈਂ ਤੈਨੂੰ ਚਾਰਜਿੰਗ ਕੀਤਾ ਬਾਈ ਜਰਾ ਤੂੰ ਦੱਸੋ ਕੀ ਹੈ ਜਵਾਬ ਇਹਦਾ ਯਾਰ ਤੂੰ ਥੋੜਾ ਜਿਹਾ ਸਵਾਲ ਦਾ ਤੂੰ ਸੋਚ ਤੇ ਸਹੀ ਤੈਨੂੰ ਮੈਂ 20 ਰੁਪਏ ਨਾਮ ਦੇਣਾ ਅਗਰ ਬਾਈ 20 ਰੁਪਏ ਤਾਂ ਮੇਰੇ ਕੋਲ ਲੈਣਾ ਵੀ ਨਹੀਂ ਜਾਣਾ ਛੱਡ ਲਿਆ ਦੇ ਤੂੰ ਤਾਂ ਮੈਨੂੰ ਸ਼ੋਅ ਤੇ ਬੁਲਾ ਕੇ ਜ਼ਲੀਲ ਕਰ ਰਿਹਾ ਹੈ ਯਾਰ ਜ਼ਲੀਲ ਤੂੰ ਪਹਿਲੇ ਹੀ ਬਹੁਤ ਜ਼ਲੀਲ ਹੈ ਵੈਸੇ ਤੂੰ ਆਨੇ ਦਾ ਬੰਦਾ ਨਹੀਂ 20 ਰੁਪਏ ਦੀ ਗੱਲ ਕਰ ਰਿਹਾ ਨਹੀਂ ਤੂੰ ਪਹਿਲੇ ਹੀ ਬਹੁਤ ਜ਼ਲੀਲ ਹੈ ਯਾਰ ਸ਼ੋਅ ਤੇ ਆਣ ਦੇ ਤੇ ਤੇਰੀ ਇੱਜ਼ਤ ਵੱਧ ਗਈ ਸਾਡੇ ਕੋ ਨਹੀਂ ਭਾਈ ਤੂੰ ਇੱਜ਼ਤ ਨਹੀਂ ਬਣਾਉਂਦੀ ਬੇਇੱਜ਼ਤ ਕਰ ਰਹੀ ਨਹੀਂ ਨਹੀਂ ਯਾਰ ਤੂੰ ਸਾਡਾ ਭਰਾ ਹੈ ਅੱਛਾ ਤੂੰ ਦੱਸ ਹੁਣ ਮੈਨੂੰ ਜਵਾਬ ਸਵਾਲ ਦਾ ਬਾਈ ਤੁਹਾਨੂੰ ਹਿੰਟ ਦਿਓ ਤੁਸੀਂ ਕੀ ਮਸਲਾ ਮੈਂ ਤੈਨੂੰ ਕਿਹਾ ਸੀਗਾ ਸਵਾਲ ਮੇਰਾ ਉਹ ਸ਼ੈ ਦਾ ਨਾਂ ਦੱਸ ਜਿਹਨੂੰ ਆਪਾਂ ਜਿਹਦੀਆਂ ਆਪਾਂ ਦੋਵੇਂ ਲੱਤਾਂ ਖੋਲ ਕੇ ਤੇ ਫੇਰ ਪਾਈਦਾ ਉਹਨੂੰ ਕੀ ਹੈ ਜਵਾਬ ਭਾਈ ਕੀ ਦੱਸ ਚਾਪੜ ਨਹੀਂ ਹੈ ਨਹੀਂ ਇਹ ਵੀ ਨਹੀਂ ਹੈ ਫੇਰ ਭਾਈ ਹਾਰ ਮੰਨ ਲਈ 20 ਰੁਪਏ ਮੈਨੂੰ ਦੇਣੇ ਪੈਣੇ ਤੈਨੂੰ ਨਹੀਂ ਭਾਈ 20 ਰੁਪਏ ਤੇ ਬਹੁਤ ਅੱਜ ਕੱਲ ਇਮਰਾਨ ਖਾਨ ਦੌਰ ਆ ਬਹੁਤ ਜ਼ਿਆਦਾ ਨੇ ਅੱਛਾ 5 ਰੁਪਏ ਦੀ ਗੱਲ ਕਰੋ ਔਰ ਤੁਸੀਂ ਕੁੱਲ ਮਿਲਾ ਕੇ ਜਿਹੜਾ ਨਾ ਖੁਦ ਪੂਰੇ ਹਾਂ ਆ 10 ਰੁਪਏ ਦੇ ਟੋਟਲ ਨੇ ਤੁਸੀਂ ਇਦਾਂ ਹੀ ਹਾਂ ਤੇ ਤੁਸੀਂ ਮੈਨੂੰ 5 ਰੁਪਏ ਦੀ ਗੱਲ ਕਰਨ ਨੇ ਤੁਸੀਂ ਤੇ ਮੈਂ ਇੰਨਾ ਮੁਸ਼ਕਲ ਸਵਾਲ ਤੇਰੇ ਮੂੰਹ ਦੇ ਸਾਹਮਣੇ 5 ਮੈਂ ਇੰਨਾ ਮੁਸ਼ਕਲ ਸਵਾਲ ਯਾਰ ਤੈਨੂੰ ਪੁੱਛਿਆ ਤੂੰ ਅੱਲਾ ਦੇ ਬੰਦੇ ਆ ਇੰਨਾ ਮੁਸ਼ਕਲ ਤੂੰ ਕਿਹੜਾ ਮੈਂ ਤਾਂ ਪੁੱਛ ਲਿਆ ਮੈਂ ਤਾਂ ਤੇਰੇ ਕੋਲ ਪੁੱਛ ਲੈਣਾ ਕਿਹੜਾ ਚੱਲ ਤੂੰ ਇਹਦਾ ਪਹਿਲੇ ਜਵਾਬ ਦੇ ਮੈਨੂੰ ਇਹਦਾ ਮੈਨੂੰ ਨਾ ਆਉਂਦਾ ਤੇ ਫਿਰ ਹੁਣ ਨਹੀਂ ਆਉਂਦਾ ਨਹੀਂ ਵਾਕਈ ਨਹੀਂ ਆਉਂਦਾ ਵਾਕਈ ਨਹੀਂ ਮੈਂ ਦੱਸ ਦਵਾਂ ਕੀ ਗੱਲ ਲੱਗ ਰਹੀ ਆਂਦਾ ਐਨਕ ਐਨਕ ਉਹਦੀਆਂ ਆਪਾਂ ਦੋਵੇਂ ਲੱਤਾਂ ਖੋਲ ਕੇ ਤੇ ਫਿਰ ਉਹਨੂੰ ਪਾਈਦਾ ਸਹੀ ਗੱਲ ਹੈ ਜਵਾਬ ਸਹੀ ਲਿਆ 20 ਰੁਪਏ ਦੇ ਨਹੀਂ ਭਾਈ ਕੱਲ ਵਾਲੀ ਜੁਮੇ ਰਾਤ ਨੂੰ ਨਾ ਆਜੀ ਮੈਂ ਅੱਜ ਜੁਮੇ ਰਾਤ ਹੀ ਅੱਜ ਰਾਤ ਅੱਜ 5 ਰੁਪਏ ਅੱਜ ਜੁਮੇ ਰਾਤ ਹੈ ਗਈ ਓਏ ਅੱਛਾ ਇੱਕ ਹੋਰ ਸਵਾਲ ਦਾ ਜਵਾਬ ਦੇ ਮੈਂ ਜਾਣਾ ਤੇ ਨਹੀਂ ਮੈਨੂੰ ਪੁੱਛ ਲੈ ਫਿਰ ਵੀ ਯਾਰ ਆ ਜਾਏਗਾ ਯਾਰ ਇੰਨਾ ਤੂੰ ਕਿਤੇ ਪੜ੍ਹਿਆ ਲਿਖਿਆ ਕਿਤੇ ਮਨੂਸਾ ਤੈਨੂੰ ਸਕੂਲੇ ਛੋਲੇ ਦੇ ਕੇ ਪੜ੍ਹਦਾ ਰਿਹਾ ਤੂੰ ਤੈਨੂੰ ਕਿਉਂ ਨਹੀਂ ਜਵਾਬ ਆਉਂਦੇ ਇਹਨੇ ਵੇਲੇ ਸਰ ਨੇ ਕਿਹਾ ਮੁਰਗਾ ਬਣ ਕੇ ਨਾ ਆਪਾਂ ਹੀ ਬਿੱਲੀ ਪੈ ਜਾਓ ਯਾਰ ਹੋਰ ਕੁਛ ਸੁਣਾ ਯਾਰ ਉਹ ਭਾਈ ਤੁਸੀਂ ਸਵਾਲ ਦੱਸੋ ਕਿਹੜਾ ਸਵਾਲ ਕਿਹੜਾ ਹੁਣ ਆਪਾਂ ਇੱਕ ਅੱਛਾ ਭਾਈ 20 ਰੁਪਏ ਮੈਂ 20 ਰੁਪਏ ਦੇ ਦੇਣਾ ਹਾਂ ਭਾਈ ਤੂੰ ਕਿਨੇ ਯਾਰ 2 ਮਿੰਟ ਤੂੰ ਚੁੱਪ ਕਰ ਮੈਂ ਇਹਨੂੰ ਜ਼ਰਾ ਇਧਰ ਨਾਲ ਸਵਾਲ ਕਰ ਭਾਈ ਤੁਹਾਡੀ ਜੁਗਤ ਨਹੀਂ ਤੇ ਤੂੰ ਇਧਰ ਆ ਯਾਰ ਇਧਰ ਆ ਜਾ ਤੂੰ ਵੀ ਆਏ ਸਰ ਤੂੰ ਹੀ ਆ ਜਾ ਛੇਤੇ ਭਾਈ ਆ ਮੈਨੂੰ ਕੋਈ ਲਾ ਕੋਈ ਜੁਗਾ ਤੂੰ ਇਹ ਬਾਈ ਨਾ ਦੂਸਰੇ ਬਾਈ ਨੂੰ ਜਾ ਕੇ ਪੁੱਛਦਾ ਕਹਿੰਦਾ ਕਿੰਨੀ ਪੜਿਆ ਕਹਿੰਦਾ 1122 ਕਹਿੰਦਾ ਇਹ ਕੀ ਕਹਿੰਦਾ ਅੰਨੀ ਦੀ 11ਵੀਂ 12ਵੀਂ ਅੱਛਾ ਤੇ ਇਹ ਵੀ ਆਪਣੇ ਘਰਦਿਆਂ ਨੂੰ ਕਹਿੰਦਾ ਇਹਦਾ ਰਿਸ਼ਤਾ ਵੇਖਣ ਆਏ ਤੇ ਉਹਨਾਂ ਨੂੰ ਉਹ ਕਹਿੰਦੇ ਵੀ ਕਿੰਨਾ ਪੜਿਆ ਕਹਿੰਦਾ BA
ਕਹਿੰਦੇ ਲਾਂਤੀਆ 14-15 ਸਾਲ ਜਾਇਆ ਕੀਤੇ ਤੇ ਉਹ ਵੀ ਪੁੱਠਿਆ ਪੜਿਆ ਬੀ ਏ ਏ ਬੀ ਹੁੰਦਾ ਕਹਿੰਦੇ ਅੱਛਾ ਹੋਰ ਬਾਈ ਦਾ ਮੂੰਹ ਜਾਂ ਘੁਮਾ ਬਿੱਲੀ ਕੰਨ ਚ ਮਾਰੀ ਹੁੰਦੀ ਹਾਂ ਤੇ ਆਪਣਾ ਮੂੰਹ ਨੀ ਵੇਖਿਆ ਕੁੱਤੇ ਚ ਕੁੱਤਾ ਮਾਰ ਰਿਹਾ ਘੁਮਾ ਕੇ ਹੋਰ ਸਾਗ ਵਾਲਾ ਪੀਜ਼ਾ ਹੁੰਦਾ ਜੀ ਹੋਰ ਆ ਵੇਖੋ ਜ਼ਿੰਗਰ ਬਰਗਰ ਨੂੰ ਕਰ ਲਿਆ ਨੇ ਪਿੱਦਾ ਕੈਫ ਤੋਂ ਮਾਰ ਖਾ ਲਈ ਉਹ ਕਿਉਂ ਅਲ ਕੈਫ ਤੋਂ ਹਾਂ ਕਿਉਂ ਉਹਨਾਂ ਨੇ ਕਹੀ ਜਾਂਦੇ ਰਾਤਾ ਤੋਂ ਓ ਯਾਰ ਬਹੁਤ ਜ਼ਬਰਦਸਤ ਲਗਾਈ ਹੋ ਯਾਰ ਅੱਛਾ ਹੋਰ ਯਾਦ ਯਾਦਗਾਰ ਵਾਲਾ ਡੰਡਾ ਖਾ ਚੁੱਕੇ ਕਿਹੜੇ ਆਪ ਦਹੀਂ ਭੱਲਿਆ ਹਾਂ ਉਹਨਾਂ ਕੋ ਕਿਉਂ ਉਹਨਾਂ ਕੋ ਪੰਜਾਵਾਂ ਨੇ ਦਹੀਂ ਭੱਲੇ ਲੈ ਅੱਛਾ ਤੇ ਉਹਨਾਂ ਨੇ ਕਹਿੰਦਾ ਬੋਟੀ ਪਾਈ ਨਹੀਂ ਮੈਂ ਲੈਣ ਅੱਛਾ ਇਹਦੇ ਕੋਈ ਫੇਸ ਤੇ ਕੋਈ ਤੈਨੂੰ ਕੋਈ ਜੁਗਤ ਮਾਰ ਸਕਦਾ ਬਹੁਤ ਜ਼ਬਰਦਸਤ ਯਾਰ ਲਾਈ